ਮੇਰੀ ਗਵਾਹੀ ਆ ਮੇਰੇ ਜੀਜੇ ਦੀ, ਇਹ ਪਿਛਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਸੀਰੀਅਸ ਸੀਗਾ, ਇਹਨੂੰ ਰਾਸਤੇ ਦੇ ਵਿੱਚ ਘਰ ਜਾਂਦਾ ਪਿਆ ਸੀਗਾ, ਇਹਦੇ ਚਾਚੇ ਦੇ ਮੁੰਡੇ ਨੇ ਇਹਨੂੰ ਮਾਰ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ, ਤਾਂ ਇਹਦਾ ਹੱਥ ਵੱਢਿਆ ਗਿਆ ਸੀਗਾ ਇੱਕ ਸਾਈਡ ਤੋਂ, ਅਤੇ ਪਰਮੇਸ਼ਰ ਨੇ ਇਹਨੂੰ ਚੰਗਾ ਕੀਤਾ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਵੀ ਇਹਦਾ ਨਾੜਾਂ ਤਿੱਕਰ ਵੀ ਵੱਢੀਆਂ ਗਈਆਂ ਵਾ, ਅਤੇ ਅਸੀਂ ਰੱਬ ਦੇ ਦਾਸਾਂ ਕੋਲ ਪ੍ਰੇਅਰ ਕਰਵਾਈ, ਜਲੰਧਰ ਤੋਂ ਕਪੂਰਥਲੇ, ਕਪੂਰਥਲੇ ਤੋਂ ਅੰਮ੍ਰਿਤਸਰ, ਸਾਰਿਆਂ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ, ਅਤੇ ਆਪਾਂ ਜਦੋਂ ਪ੍ਰੇਅਰ ਕਰਵਾਈ ਫਿਰ ਪਾਸਟਰ ਜੀ ਕਹਿੰਦੇ ਟੈਨਸ਼ਨ ਨਾ ਲਓ, ਇਹਦਾ ਓਪਰੇਸ਼ਨ ਵੀ ਹੋਊਗਾ, ਬਿਲਕੁਲ ਠੀਕ ਆਊਗਾ ਘਰ ਵਾਪਸ। ਅਸੀਂ ਜੋਲ ਹੋਸਪਿਟਲ ਗਏ ਤਾਂ ਉਹਨਾਂ ਨੇ ਫਟਾਫਟ ਓਪਰੇਸ਼ਨ ਕਰਤਾ, ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹ ਅੱਜ ਸਹੀ ਸਲਾਮਤ ਆ। ਦੂਸਰੀ ਗਵਾਹੀ ਲੈਂਦੀ ਆ, ਜਦੋਂ ਇਹਦੀ ਡਿਲੀਵਰੀ ਹੋਣੀ ਸੀਗੀ ਡਾਕਟਰਾਂ ਨੇ ਕਿਹਾ ਸੀ ਇਹਦੀ ਡਿਲੀਵਰੀ ਨਹੀਂ ਹੋ ਸਕਦੀ ਹਲੇ, ਕਿਉਂਕਿ ਇਹ ਤਾਂ 7.5 ਗ੍ਰਾਮ ਖੂਨ ਆ, ਅਤੇ ਮਗਰ ਇਹਨੂੰ ਪੇਨ ਲੱਗੀਆਂ ਹੋਈਆਂ ਸੀਗੀਆਂ, ਅਤੇ ਕਹਿੰਦੇ ਤੁਸੀਂ ਬਲੱਡ ਦਾ ਇੰਤਜ਼ਾਮ ਕਰੋਗੇ ਤਾਂ ਇਹ ਡਿਲੀਵਰੀ ਹੋਣੀ ਆ, ਨਹੀਂ ਤਾਂ ਨਹੀਂ ਹੋਣੀ। ਆਪਾਂ ਬੜੇ ਜਣਿਆਂ ਕੋਲ ਪੁੱਛਿਆ ਵੀ ਬਲੱਡ ਦੇ ਦਿਓ, ਸਾਨੂੰ ਬਲੱਡ ਬੈਂਕ ਵਾਲਿਆਂ ਨੇ ਵੀ ਨਹੀਂ ਬਲੱਡ ਦਿੱਤਾ, ਪਹਿਲਾਂ ਕਹਿਤਾ ਅਸੀਂ ਦੇ ਦਾਂਗੇ ਕੱਲ੍ਹ ਐਤਵਾਰ ਆ, ਤੁਸੀਂ ਸਵੇਰੇ ਸੋਮਵਾਰ ਲੈ ਲਿਓ, ਅਤੇ ਮੈਂ ਕਹਿੰਦਾ ਉਹ ਵੀ ਮੁੱਕਰ ਗਏ ਵੀ ਬਲੱਡ ਦੀ ਹੈ ਹੀ ਨਹੀਂ ਆ ਸਾਡੇ ਕੋਲ। ਜਦੋਂ ਮੈਂ ਲੈਣ ਗਈ ਮੈਂ ਬੜੀ ਪਰੇਸ਼ਾਨ ਹੋਈ ਵੀ ਬਲੱਡ ਕਿੱਥੋਂ ਆਵੇ, ਉੱਧਰ ਇੰਨੀਆਂ ਪੇਨ ਹੋ ਰਹੀਆਂ ਸੀਗੀਆਂ, ਮੈਂ ਰੱਬ ਦੇ ਦਾਸਾਂ ਨੂੰ ਪ੍ਰੇਅਰ ਕਰਵਾਈ। ਅਚਾਨਕ ਹੀ ਉੱਥੇ ਇੱਕ ਬ੍ਰਦਰ ਸੀਗੇ, ਉਹਨਾਂ ਨੇ ਪੁੱਛਿਆ ਵੀ ਕੀ ਤੁਹਾਨੂੰ ਕੋਈ ਪ੍ਰੋਬਲਮ ਆ, ਮੈਂ ਕਿਹਾ ਹਾਂਜੀ ਸਾਨੂੰ ਬਲੱਡ ਦਾ ਇੰਤਜ਼ਾਮ ਨਹੀਂ ਹੁੰਦਾ ਪਿਆ, ਮੇਰੀ ਭੈਣ ਦੀ ਡਿਲੀਵਰੀ ਆ। ਉਸੇ ਵੇਲੇ ਉਹਨਾਂ ਨੇ ਬਲੱਡ ਦੇ ਤਾ, ਉਹਨਾਂ ਨੇ ਹਲੇ ਹਫ਼ਤਾ ਪਹਿਲਾਂ ਹੀ ਬਲੱਡ ਦਿੱਤਾ ਸੀਗਾ, ਡਾਕਟਰ ਕਹਿੰਦੇ ਸੀ ਇਹ ਨਹੀਂ ਦੇ ਸਕਦੇ, ਮਤਲਬ ਉਹਨਾਂ ਨੇ ਕਿਹਾ ਵੀ ਮੈਂ ਦੇਣਾ ਹੀ ਦੇਣਾ, ਕੋਈ ਗੱਲ ਨਹੀਂ ਤੁਸੀਂ ਦਵੋ ਲੈ ਲਓ ਬਲੱਡ। ਉਹਨਾਂ ਨੇ ਬਲੱਡ ਸਾਨੂੰ ਦਿੱਤਾ ਅਤੇ ਇਹਨੂੰ ਜਦੋਂ ਬਲੱਡ ਚੜਵਾਇਆ ਜੀ ਡਿਲੀਵਰੀ ਬਿਲਕੁਲ ਨੋਰਮਲ ਹੋਈ ਆ। ਮੈਂ ਰੱਬ ਦੇ ਦਾਸਾਂ ਦਾ ਕਲੀਸਿਆ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਰ ਨੇ ਸਾਨੂੰ ਹੱਥਾਂ 'ਚ ਲੈ ਕੇ ਰੱਖਿਆ। ਤਾਂ ਮੇਰੀ ਸਭ ਤੋਂ ਵੱਡੀ ਇਹ ਗਵਾਹੀ ਆ, ਮੇਰੀ ਸਿਸਟਰ ਇਹ ਕਹਿੰਦੀ ਹੁੰਦੀ ਸੀ ਕਿ ਮੈਂ ਮਸੀਹ 'ਚ ਵਿਆਹ ਨਹੀਂ ਕਰਾਉਣਾ, ਮੈਂ ਜਦੋਂ ਇਹਨੂੰ ਕਹਿੰਦੀ ਸੀ ਤੇਰਾ ਵਿਆਹ ਕਰਨਾ ਸੀ, ਮੈਂ ਰਿਸ਼ਤਾ ਦੇਖਣਾ, ਮੈਂ ਮਸੀਹ 'ਚ ਹੀ ਦੇਖਣਾ, ਇਹ ਕਹਿੰਦੀ ਤੁਸੀਂ ਮੈਂ ਨਾ ਕਰ ਦੇਣੀ, ਮੈਂ ਇੱਦਾਂ ਕਰਨਾ, ਮੈਂ ਉੱਦਾਂ ਕਰਨਾ, ਤੁਸੀਂ ਕਰਕੇ ਤਾਂ ਦੇਖੋ ਕਿੱਦਾਂ ਕਰਦੇ ਆ। ਅਤੇ ਅਸੀਂ ਜਦੋਂ ਇਹਨਾਂ ਦੇ ਘਰ ਗਏ ਤਾਂ ਸਾਨੂੰ ਬਾਅਦ 'ਚੋਂ ਪਤਾ ਲੱਗਾ ਕਿ ਇਹ ਮਸੀਹ ਆ, ਅਤੇ ਇੰਨਾ ਵੱਡਾ ਫਜ਼ਲ ਆ ਕਿ ਇਹ ਖੁਦ ਵੀ ਹੁਣ ਖਾਂਬਰੇ ਚਰਚ ਜਾਂਦੀ ਆ। ਮੈਂ ਰੱਬ ਦਾ ਧੰਨਵਾਦ ਕਰਦੀ ਹਾਂ ਕਿ ਰੱਬ ਦਿਲਾਂ ਨੂੰ ਬਦਲਣ ਵਾਲਾ ਪਰਮੇਸ਼ਰ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦੀ, ਖਾਸ ਆਪਣੇ ਯਸੂ ਦਾ ਜਿਹਨੇ ਸਾਨੂੰ ਸੰਭਾਲਿਆ ਵਾ, ਕਿਉਂਕਿ ਮੇਰੀ ਮੰਮੀ ਵੀ ਹੈ ਨਹੀਂ ਆ, ਅਤੇ ਅਸੀਂ ਇਹੀ ਸੋਚਦੇ ਸੀ ਕਿ ਇਹਦੀ ਮੈਰਿਜ ਕਿੱਦਾਂ ਹੋਊਗੀ, ਮਗਰ ਪਰਮੇਸ਼ਰ ਨੇ ਇੰਨਾ ਵਧੀਆ ਦਾ ਵਿਆਹ ਕੀਤਾ, ਸਾਡਾ ਵੀ ਇੱਦਾਂ ਦਾ ਨਹੀਂ ਹੋਇਆ। ਅਤੇ ਇਹਦੇ ਡਿਲੀਵਰੀ ਦੇ ਸਮੇਂ ਵੀ ਅਸੀਂ ਕਹਿੰਦੇ ਸੀ ਅਸੀਂ ਦੋਨੇ ਭੈਣਾਂ ਵਾਂ, ਡੈਡੀ ਸਾਡਾ ਸ਼ਰਾਬ ਪੀਂਦਾ ਵਾ, ਵੀ ਅਸੀਂ ਪੈਸੇ ਦਾ ਅਰੇਂਜਮੈਂਟ ਕਿੱਦਾਂ ਕਰਾਂਗੇ ਸਾਨੂੰ ਪਤਾ ਨਹੀਂ ਸੀ, ਮਗਰ ਉਹ ਮੇਰਾ ਪੂਰਾ ਇੰਤਜ਼ਾਮੀ ਆ, ਉਹਨੇ ਪਹਿਲੋਂ ਹੀ ਪੈਸਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀਗਾ। ਮੈਂ ਰੱਬ ਦਾ ਧੰਨਵਾਦ ਕਰਦੀ ਹਾਂ, ਸਾਰਿਆਂ ਨੂੰ ਜੈ।